ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਵਿੰਡਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਹਰਪਾਲ ਭਾਅ ਜੀ ਉਹਨਾਂ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ, ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਨੂੰ ਆ ਮੀਨੀ ਦਿਖਾਉਣੀ ਆ ਸੂਈ ਸਵਾਈ, ਅਤੇ ਇੱਕ ਆ ਤੋਕੜ ਗੱਬਨ ਝੋਟੀ ਤੁਹਾਨੂੰ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ, ਅਤੇ ਇੱਕ ਸੱਜਰ ਸੂਈ ਜਰਸੀ ਤੁਹਾਨੂੰ ਦਿਖਾਉਣੀ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵਧੀਆ ਵੀਰ, ਤੁਸੀਂ ਸੁਣਾਓ? ਵਧੀਆ ਚਾਹੀਦਾ ਜੀ, ਅਸੀਂ ਵਧੀਆ ਜੀ। ਤੇ ਵੇ ਤਾਂ ਮਾਲ ਪਰਸੋਂ ਵਾਲਾ ਫਿਰ? ਹਾਂ ਵੇਗਿਆ ਯਾਰ ਵੀਰ ਜੀ, ਪਹਿਲੇ ਫੋਨ ਤੇ ਵੇਗਿਆ, ਜੋੜਾ ਇੱਕ ਘਰ ਵਾਲੇ ਨੇ ਲੈ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਨਾਮ ਦੱਸ ਦੇ ਕਰੀ ਆਪਣਾ? ਨਾਮ ਮੇਰਾ ਹਰਪਾਲ ਸਿੰਘ ਜੀ। ਹਾਂਜੀ। ਪਿੰਡ ਚਵਿੰਡਾ, ਜ਼ਿਲ੍ਹਾ ਅਫਸਰ ਸੀ ਅਜਨਾਲਾ। ਤੇ ਫੋਨ ਨੰਬਰ ਬੋਲ ਦੇ ਕਰੀ? 0145-94-99। ਠੀਕ ਹੈ। ਅੱਜ ਵੀਡੀਓ ਦੇ ਵਿੱਚ ਆਪਾਂ ਇੱਕ ਇਹੋ ਜਿਹੀ ਚੀਜ਼ ਵਿਖਾਉਣੀ ਹੈ, ਮੁਸ਼ਕਲ ਹੀ ਆ ਹੋ ਸਕਦਾ ਪਹਿਲਾਂ ਕਦੀ ਕਿਸੇ ਨੇ ਵੇਖੀ ਹੋਵੇ। ਅਸੀਂ ਤੇ ਆਪ ਅੱਜ ਪਹਿਲੀ ਵਾਰੀ ਇਹ ਚੀਜ਼ ਵੇਖਣੀ ਜੇ। ਅੱਜ ਵਿਖਾਉਣੀ ਆਪਾਂ ਕੀ ਚੀਜ਼ ਆ, ਜਿਹੜੀ ਵਿਖਾਉਣੀ, ਜਿਹੜੀ ਨਵੀਂ ਚੀਜ਼ ਆ। ਇੱਕ ਹਿਸਾਬ ਦੀ ਹੋ ਸਕਦਾ ਵੀਰਾਂ ਨੇ ਪਹਿਲਾਂ ਵੇਖੀ ਹੋਵੇ, ਅਸੀਂ ਜਿਹੜੀ ਪਹਿਲੀ ਵਾਰੀ ਵੇਖੀ ਸਾਡੇ ਲਈ ਉਹ ਨਵੀਂ ਚੀਜ਼ ਹੀ ਆ। ਤੇ ਸ਼ੁਰੂਆਤ ਜਿਹੜੀ ਆਪਾਂ ਪਹਿਲੇ ਨੰਬਰ ਵਾਲੀ ਜਰਸੀ ਤੋਂ ਹੀ ਕਰਨੀ ਆ। ਦੱਸੀਏ ਵਿਦਿਆ ਦੇ ਬਾਰੇ ਫਿਰ? ਦੂਸਰਾ ਸੁਆ 100 ਰੁਪਏ ਜੀ। ਅੱਛਾ, ਅੱਜ ਸਦਮਾਂ ਦੇਣਾ ਆਇਆ ਸੀ। ਠੀਕ ਆ। ਤੇ ਕਿੰਨਾ ਦੁੱਧ ਤਿਆਰ ਜੇ ਮੌਕੇ ਤੇ? 2000 ਰੁਪਏ ਜੀ, ਕਹਿੰਦੇ ਮੈਂ ਗੋਲਾ ਮਿਲਣੇ 9 ਲੀਟਰ ਤਿਆਰ ਜੀ। ਤਿਆਰ ਬਿਲਕੁਲ 9 ਲੀਟਰ ਜਿਹੜਾ ਮਿਲ ਲੈਣਾ ਰੁਪਏ ਜੀ। ਤੇ ਕਿੰਨਾ ਕੁ ਚਵਾਈ ਜਾਊਗੀ? 2000 ਰੁਪਏ ਘਰ ਵਾਲੇ ਆਉਂਦੇ ਵੀ 12-13 ਕਿਲੋ ਪਹਿਲੇ ਸੋਏ ਨੇ ਭਰਿਆ ਦੁੱਧ। ਅੱਛਾ। ਤੇ 12-13 ਕਿਲੋ ਰੁਪਏ ਜੀ, ਮੌਸਮ ਠੰਡਾ ਕਰਕੇ ਫਿਰ ਭਰੀ ਜਾਣਾ ਜੀ। ਠੀਕ ਆ ਜੀ, ਲਿਆ ਫਿਰ ਤੋਰੋ ਹੈ ਕਰੀ। ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਦੇਖ ਸਕਦੇ ਜੇ ਕਰੀ ਲੱਗੇ ਤਾਂ, ਦੇਖ ਸਕਦੇ। ਬਾਕੀ ਹੈਗੀ ਜਿਹੜੀ ਜਰਸੀ ਆ, ਤੇ ਦੱਸੀਏ ਵੀਰ ਜੀ ਇਹਦਾ ਮੁੱਲ ਫਿਰ ਆਪਾਂ? ਮੁੱਲ ਹਰ ਰੁਪਈਏ ਦਾ ਕੋਈ ਜਿਹੜੀ ਦੇ ਦੇਣੀ ਆਪਾਂ 30,000 ਚ ਪਹੁੰਚ ਕਰਨੀ। ਅੱਛਾ, 30,000 ਚ ਪਹੁੰਚ ਕਰ ਦੋਗੇ? ਪਹੁੰਚ ਕਰ ਦਾਂਗੇ ਰੁਪਈਏ। ਠੀਕ ਹੈ, ਦੁੱਧ 12 ਕਿਤੇ ਲੱਗੇ ਜਿਹੜਾ ਚੁਆਈ ਜਾਊਗਾ। ਵਧੀਆ ਵਧੀਆ ਰੁਪਈਏ ਜੀ, ਪਰ ਇੱਕ ਗੱਲ, 35,000 ਰੁਪਏ ਜੀ ਆਪਾਂ ਮੁੱਲ ਉਹਨਾਂ ਕੋ ਪਾਉਂਦੇ, ਲੋਕੀ ਉਹ ਤੋਂ ਵੀ ਆਪਾਂ ਘੱਟ ਲੈਂਦੇ, ਪਰ ਬੇਨਤੀ ਇਦਾਂ ਨਾ ਕਰਿਆ। ਇਹ ਆ ਕਿ ਚੀਜ਼ ਦੇ ਹਿਸਾਬ ਨਾਲ ਕੋਈ ਮੁੱਲ ਲਾਵੇ ਵੀ, ਜੇ ਉਦਾਂ ਕਰਨੀ ਫਿਰ ਇਹ 35,000 ਚ ਪਹੁੰਚ ਰੁਪਏ ਜੀ। ਅੱਛਾ ਹਾਂ, ਠੀਕ ਹੈ ਫਿਰ। ਜਿਸ ਤਰ੍ਹਾਂ ਹੁੰਦਾ ਪੈਸਬਾਜੀ ਕਰਕੇ ਤੇ 5,000 ਡਾਊਨ ਹੋਊਗਾ, ਜੇ ਪੈਸਬਾਜੀ ਨਹੀਂ ਕਰਨੀ ਫਿਰ 30,000 ਦੀ। ਤੇ ਆਹ ਬੱਚਾ ਜਿਹੜਾ ਇਹਦਾ ਤਾਜ਼ਾ ਹੀ ਬੱਚਾ ਜੀ ਜਿਹੜਾ। ਤੇ ਹੁਣ ਤੁਹਾਨੂੰ ਮੀਨੀ ਵਿਖਾਉਣੀ ਐਂਡ ਤੇ ਤੁਹਾਨੂੰ ਉਹ ਚੀਜ਼ ਵਿਖਾਵਾਂਗੇ ਜਿਹੜੀ ਆਪਾਂ ਤੁਹਾਨੂੰ ਦੱਸਣ ਦੇ, ਉਹ ਤੋਂ ਪਹਿਲਾਂ ਤੁਹਾਨੂੰ ਮੀਨੀ ਵਿਖਾ ਦਈਏ। ਆਹ ਦੇਖ ਸਕਦੇ ਹਵਾਨਾ ਇਹਦਾ ਲਾਗੇ ਤੋਂ, ਤੇ ਆਹ ਥਾਣਵੇਂ ਇਹਦੇ ਦੇਖ ਸਕਦੇ ਲਾਗੇ ਤੋਂ। ਇਹ ਤੋਂ ਬਾਅਦ ਇੱਕ ਤੋਕੜ ਗੱਬਨ ਝੋਟੀ ਚੱਕ ਪਾਸ ਤੁਹਾਨੂੰ ਦਿਖਾਉਣੀ। ਦੱਸੀਏ ਵੀ ਇਹਦੇ ਬਾਰੇ? ਇਹ ਵੀ ਚੌਥਾ ਸੂਆ ਸੂਈ ਘਰ ਵਾਲੇ ਆਂਦੇ। ਅੱਛਾ, ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ? ਪਰਸੋਂ ਰਾਤ ਦੀ ਸੂਈ ਆ ਰੁਪਈ ਜੀ। ਅੱਛਾ, ਪਰਸੋਂ ਦੀ ਸੂਈ ਆ। ਅਜੇ ਤਾਂ ਬੋਲਾ ਹੀ ਹੋਣਾ ਇਹਦੇ ਕੋਲ। ਬੋਲਾ ਹੀ ਆ ਰੁਪਈ ਜੀ, ਬੋਲਾ ਹੀ ਆ। ਕਿੰਨਾ ਕੁ? ਬੋਲਾ ਆ ਰੁਪਈ ਜੀ, ਇਹ 7 ਕਿਲੋ ਤਿਆਰ ਜੀ। 7 ਲੀਟਰ ਹੈਗਾ ਵਾ, ਬਿਲਕੁਲ ਤਿਆਰ ਆ ਵੀ ਜਿਹੜਾ ਮਿਲ ਲੈਣਾ। ਤੇ ਕਿੰਨਾ ਕੁ ਚਵਾਈ ਜਾਊਗੀ? 2000 ਰੁਪਏ ਜੀ, ਸੇਵਾ ਦੀ ਗੱਲ ਹੈ, 11-12 ਕਿਲੋ ਰਮਾਨ ਨਾਲ ਚਵਾਈ ਜਾਣਾ। ਅੱਛਾ, ਲੈ ਤੋਰੋ ਹਾਂ ਫਿਰ ਇੱਕ ਵਾਰੀ। ਬਾਕੀ ਵੀਰਾਂ ਡਿਮਾਂਡ ਹੁੰਦੀ ਆ ਮੀਨੀ ਦੀ। ਸਿੰਗਲ ਦੇ ਜੀ ਵਿੱਦੀ ਇਹਦੇ? ਹਾਂਜੀ ਯਾਰ ਵਿੱਦੀ ਹਿਲਦੇ ਆ, ਲਾ ਕੇ ਦਿਖਾ ਦੇ ਥੋੜੇ ਕਿ। ਹਾਂ ਬਿਲਕੁਲ, ਹਾਂ ਦੇਖ ਸਕਦੇ ਪੂਰੇ ਹਿਲਦੇ ਦੋਵੇਂ ਸਿੰਗ। ਤੋਰ ਦੋ ਜੀ। ਹਾਂ ਦੇਖ ਸਕਦੇ ਜੀ, ਥੱਲਿਓ ਚੰਗੀ ਖੁੱਲੀ ਤਿਆਰ ਹੋਈ ਆ, ਲੈ ਆਓ ਜੀ। ਬਾਕੀ ਤਾਜ਼ੀ ਸੂਈ ਹੋਣ ਕਰਕੇ ਥੋੜ੍ਹੀ ਕੁ ਲੱਪੇ 'ਚ ਵੀ ਆ। ਤੇ ਮਗਰ ਵੀ ਇਹਦੇ ਕੱਟੀ ਆ, ਆਹ ਕੱਟੀ ਜੀ ਜਿਹੜੀ ਇਹਦੀ। ਸਾਂਭੀ ਸਾਂਭੀ ਘੱਟ ਆ ਥੋੜ੍ਹੀ ਜੀ, ਦੰਦ ਦੰਦ ਦਿਖਾ ਦਈਏ ਇਹਦੇ ਇੱਕ ਵਾਰੀ। ਹਾਂ ਦੇਖ ਸਕਦੇ ਜੀ, ਦੰਦ ਸਾਰੇ ਜਿਹੜੇ ਹੈਗੇ ਆ ਜੀ। ਇਹਦੀ ਕਿੰਨੇ 'ਚ ਪਹੁੰਚ ਕਰਨੀ ਜੀ? ਕਿੰਨੀ ਕੁ ਜਾਇਜ਼? 47,000 ਚ ਪਹੁੰਚ ਕਰ ਦਾਂਗੇ। ਅੱਛਾ, 47,000 ਚ ਪਹੁੰਚ ਕਰ ਦੋਗੇ? ਕਰ ਦਾਂਗੇ ਰੁਪਈ ਜੀ। 100 ਕਿਲੋਮੀਟਰ ਤੱਕ ਪਹੁੰਚ ਜਿਹੜੀ ਵੀਰ ਜੀ ਹੁਣੀ ਰੱਖ ਦਿੰਦੇ ਆ। ਬਾਕੀ ਤਿੰਨੇ ਸੂਈਆਂ ਸਵਾਈਆਂ ਵਾ, ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਕੇ ਖੜੋ। ਅਤੇ ਹੁਣ ਇਹ ਵੀ ਝੋਟੀ ਇੱਕ ਤੁਹਾਨੂੰ ਦਿਖਾਈਏ, ਆਹ ਦੇਖ ਸਕਦੇ ਜੇ, ਸੋਹਣੀ ਝੋਟੀ ਆ, ਚੰਗੇ ਪਿੱਠ ਪੁੜੇ ਦੀ ਆ।
बच्चा है जे दा खुरली च लम्मे पाया बच्चा आ देख सकते जे आ बच्चा जी जेड़ा है दा इत लिया सामने से करके दिखाई बच्चा भी जी ताजा ही जापता चेक पास दसन दे चेक पास रफी ताजा कि मर गया ही। अच्छा भूजी बना छी कट्टी बना कट्टी दी कट्टी खराब ना करे। अच्छा पूरी कट्टी च पराली भरती देख सकते राम नी बनाता जरा कट्टी नवी खराब करना वा आ देख सकते पूरा जेड़ा बच्चे दा कर दी है खुरली जी जेड़ा नाल ही लम्मे पा देना इन्हें ठीक है। ये चीज जेड़ी अलग ही है चीज अहीं भी पहली वारी इस तरह वेखी है वीर जी नहीं दसदे कि घर आले वीर होनी कहिंदे कि किते झोटी खराब ना करे ते उन्हें पूरी दी पूरी कट्टी दी जेड़ी पराली भराती कट्टी का जरा रावण उन्होंने बनाता है ते मिलती भी इस तरह पूछी दे ठीक है जी पूरी दी पूरी कट्टी नाल ही आ गए एक बार फिर कट्टी चौकी इधर लिया वेखते हैं कि जरा कट्टी का कर दी है भला आ दे सकते जी पूरा ध्यान जरा ए वाल ही देख सकते जी ठीक है वीर जी बाकी ये भी चलो वधिया चीज है ना भी चीज है पहली बारी जरा यहो जहा ही वेख्या जी ये हर पुल जी पहला सुबह सुखी ही ना झोटी। अच्छा ते एदा आंदे भी मुड़के मर गया महीने तक बच्चा मर गया ही। अच्छा चलो वधिया चीज है ना बच्चे नूं ठंड लगे ना गर्मी लगे बच्चे बड़े मरने हां जी हां जी मरना थोड़ी जिथे मर्जी टांग छड्डो ठीक है जी ते एदे किन्ने च पहुंच करनी फिर एदे अभी 60,000 च पहुंच करेंगे। अच्छा 60,000 च पहुंच करोगे ठीक है ते सुवा हुण दूसरा सुना दूसरा सुवा सुनाने रुपए ठीक है विजय और कुछ कहना जी फिर ये हो बेनती भी इथे आओ चवाई पास करके तसल्ली करके खड़ा होना कोई भी आ दे सदे करी तानू इहदे थान भी लागे दिखा दिए चंगे गैप ते ते चंगे साइज ते थान जिहड़ा इहदा लगा ते मिलदी हल्ले भी कट्टी दा ही है बाकी कोई वीर आवे इथे अपनी तसल्ली करे वेस चाख के अपनी समझ ते अपनी जिम्मेदारी ते पशु खड़े जी। हाँ जी दोस्तों वीडियो ने पूरा देखने ली बहुत बहुत धन्यवाद जी।